अरमान रहीम तमाम दोस्त मेरे भाई मेरे चाहने तो भाई पंद्रह सौ बोंडा ड्रा प्ले करना है फैसलाबाद शहर का ड्रा है पाकिस्तानी बोंड फैसलाबाद शहर च ड्रा होने पंद्रह तरीक ग्यारहवें महीना सन दो हजार तेई न अज मैं अपने दोस्तों वीडियो फैनल शॉट अपने दोस्तों न शेयर करना है इनशाला मेरे दोस्तों पसंद आया ਕੋਸ਼ਿਸ਼ ਕਰਿਆ ਜੇ ਵੀਡੀਓ ਪੂਰੀ ਵੇਖਾ ਜੇ ਰੁਟੀਨ ਅੱਛੀ ਲੱਗੇ ਸੈਟ ਅੱਛਾ ਲੱਗੇ ਮੇਰੇ ਦੋਸਤ ਮੇਰੇ ਭਾਈਆਂ ਨੂੰ ਤੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਜੇ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਪਹੁੰਚੇ ਤੇ ਇਸ ਤੋਂ ਬਾਅਦ ਮੈਂ THAILAND ਲੋਟਰੀ ਵਾਸਤੇ ਵੀਡੀਓ ਲਾਵਾਂਗਾ ਅੱਜ ਦੀ ਵੀਡੀਓ ਮੇਰੀ ਫਾਈਨਲ ਵੀਡੀਓ ਹੈ ਕਿ ਜਿਹੜੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਅੱਜ ਟੋਟਲ ਮੈਂ 4 ਵੀਡੀਓ ਲਾਈਆਂ ਨੇ ਭਾਈ 19 0 ਦਾ ਪੈਕੇਟ S973 ਤੇ 972 ਇਹ ਦੂਸਰੀ ਮੇਰੀ ਵੀਡੀਓ ਹੈ ਤੀਸਰੀ ਵੀਡੀਓ ਹੈ 3577 ਤੇ 572 ਇਹ ਚੌਥੀ ਵੀਡੀਓ ਲਾਈ ਹੈ ਮੈਂ ਪਾਕਿਸਤਾਨੀ ਬਾਉਂਡ ਦੀ ਇੱਕ ਵੀਡੀਓ ਵਿੱਚ ਮੈਂ ਲਾਈ ਸੀ ਇਹਨਾਂ ਦੇ ਦਰਮਿਆਨ ਦੇ ਵਿੱਚ ਥਾਈਲੈਂਡ ਲਾਟਰੀ ਦੀ ਉਹ ਥਾਈਲੈਂਡ ਲਾਟਰੀ ਤੇ ਜਦੋਂ ਮੈਂ ਵੀਡੀਓ ਫਾਈਨਲ ਲਾਵਾਂਗਾ ਨਾ ਉਹ ਉਹਦੇ ਵਿੱਚ ਵਹਾਵਾਂਗਾ ਆਪਣੇ ਦੋਸਤਾਂ ਨੂੰ ਐ ਜਨਾਬ ਨਾ ਅੱਜ ਇੱਥੇ ਮੈਂ ਆਪਣੇ ਦੋਸਤਾਂ ਨਾਲ ਇੱਕ ਸਿੰਗਲ ਪੈਕੇਟ ਦੀ ਰੂਟੀਨ ਸ਼ੇਅਰ ਕਰਾਂਗਾ ਇਹ ਮੇਰੇ ਫਾਈਨਲ ਲਿੰਕ ਨੇ ਭਾਈ ਇਹਨਾਂ ਲਿੰਕਾਂ ਤੋਂ ਬਗੈਰ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਇਆ ਤੇ ਫਸਟ ਵਿੱਚ ਡਰਾਪ ਲੈ ਨਹੀਂ ਹੋਵੇਗਾ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਇਆ ਤੇ ਇਹ ਮੇਰੇ ਫਾਈਨਲ ਲਿੰਕ ਹੈਗੇ ਨੇ ਸ਼ਬੀਰ ਹੁਸੈਨ ਮੇਰਾ ਨਾਮ ਹੈ ਤੁਹਾਨੂੰ ਪਤਾ ਹੀ ਹੈ ਭਾਈ ਮੇਰੇ ਕਾਫੀ ਦੋਸਤ ਪੁੱਛਦੇ ਨੇ ਕਿ ਯਾਰ ਨਾਮ ਲਿਖਿਆ ਵੀ ਹੋਇਆ ਦੱਸੀ ਦੱਸਿਆ ਵੀ ਆਦੇ ਭਾਈਆਂ ਨੂੰ ਕਿ ਮੇਰਾ ਨਾਮ ਸ਼ਬੀਰ ਹੁਸੈਨ ਹੈ ਇਹ ਪਹਿਲੀ ਪੈਕਟ ਹੈ ਦੂਸਰਾ ਸੈਟ ਐਮ ਲਾਇਆ ਤੀਸਰਾ ਲਾਇਆ ਚੌਥਾ ਲਾਇਆ ਪੰਜਵਾਂ ਜਲਾਨ ਲੱਗਿਆ ਆਖਰੀ ਫਾਈਨਲ ਵੀਡੀਓ ਹੈ ਮੇਰੀ ਭਾਈ ਤਵੱਜੋ ਕਰਨੀ ਮੇਰੇ ਦੋਸਤਾਂ ਨੇ ਦੋ ਤਿੰਨ ਰੁਟੀਨਾ ਵਿਖਾਵਾਂਗਾ ਆਪਣੇ ਦੋਸਤਾਂ ਨੂੰ ਲਿੰਕਾਂ ਦੀਆਂ ਵੀ ਔਰ ਸਿੰਗਲ ਪੈਕਰ ਦੀ ਵੀ ਵੀਡੀਓ ਬਖਾਵਾਂਗਾ ਬੜੇ ਅੱਛੇ ਤਰੀਕੇ ਨਾਲ ਲੱਗਦੀ ਆ ਰਹੀ ਔਰ ਪਹਿਲੇ ਆਪਾਂ ਨੂੰ ਇਸ ਵੀਡੀਓ ਨੇ ਫਾਇਦਾ ਵੀ ਦਿੱਤਾ ਹੋਇਆ ਹੈ ਯਾਦ ਆ ਜਾਵੇਗਾ ਮੇਰੇ ਦੋਸਤਾਂ ਮੇਰੇ ਭਾਈਆਂ ਨੂੰ ਮਿਹਨਤ ਅੱਛੀ ਲੱਗੇ ਤਾਂ ਜ਼ਰੂਰ ਸਪੋਰਟ ਕਰਿਆ ਜੇ ਭਾਈ ਆ ਭਾਈ ਮੇਰੇ ਨਾਲ ਪਿੰਡੀ ਸ਼ਹਿਰ ਆਖਰੀ ਪੱਟੀ ਚ 750 ਬੌਂਡ ਚ ਇਹ ਪਹਿਲੀ ਦਫਾ ਲੱਗੀ ਏ ਪਿੰਡੀ ਸ਼ਹਿਰ ਦੂਸਰੀ ਦਫਾ ਪਿੰਡੀ ਸ਼ਹਿਰ ਆਖਰੀ ਪੱਟੀ ਚ ਇਹ ਲੱਗਾ ਜੇ 750 ਬੌਂਡ ਚ ਤੀਸਰੀ ਦਫਾ ਪਿੰਡੀ ਸ਼ਹਿਰ ਆ ਲੱਗਿਆ ਤੇ ਸੈੱਟ ਮੈਂ ਪਹਿਲੇ ਲਾਇਆ ਸੀ ਆਪਣੇ ਦੋਸਤਾਂ ਨਾਲ ਇਸ ਜਗ੍ਹਾ ਤੇ ਪੈਕਟ ਸ਼ੋਅ ਕੀਤਾ ਸੀ ਮੈਂ 66 ਦਾ ਲੇਕਿਨ ਇਥੇ ਬਾਅਦ 6 ਲੱਗੀ ਸੀ ਇਥੇ ਵੀ ਇਹੀ ਗਾਣੇ ਬਣਾਈ ਸੀ ਯਾਰ ਬੜਾ ਪਿਆਰਾ ਸੈੱਟ ਸੀ ਇਥੇ ਵੀ 66 ਸੀ ਇਥੇ 16 6 ਲੱਗੀ ਬਸ ਰੱਬ ਵੱਲੋਂ ਕੋ ਘਾਟਾ ਵਾਧਾ ਹੋ ਜਾਵੇ ਤਾਂ ਵਖਰੀ ਗੱਲ ਹੈ ਲੇਕਿਨ ਸਰਚ ਮਿਹਨਤ ਦੇ ਵਿੱਚ ਇਨਸ਼ਾਅੱਲਾ ਸ਼ੱਕ ਨਹੀਂ ਹੋਵੇਗਾ ਮੇਰੇ ਦੋਸਤਾਂ ਨੂੰ ਅੱਜ ਦੀ ਸੈੱਟ ਅੱਜ ਦੀ ਰੁਟੀਨ ਬੜੀ ਅੱਛੀ ਬਹੁਤ ਹੀ ਜ਼ਬਰਦਸਤ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਐ ਭਾਈ ਮੇਰੇ ਨਾ ਪਿੰਡੀ ਸ਼ਹਿਰ ਇਹਦੇ 6 ਹੱਥ ੱਲੇ ਸਾਲ ਦੀ ਪਹਿਲੀ ਪੱਟੀ 1500 ਬੌਂਡ ਦੇ ਵਿੱਚ ਨਾ ਸਾਮਨਾ ਕੁਇਟੇ ਸ਼ਹਿਰ ਨਹੀਂ ਕਰਨਾ ਸੀ ਤਵੱਜਹ ਕਰਨੀ ਯਾਰ ਐ ਪਿੰਡੀ ਲੱਗੀ 6 ਹੱਥ ੱਲੇ ਸਾਮਨਾ ਕੁਇਟੇ ਸ਼ਹਿਰ 1500 ਬੌਂਡ ਵਿੱਚ ਕਰਨਾ ਸੀ ਕੁਇਟੇ ਸ਼ਹਿਰ ਨਹੀਂ ਆਣਾ ਸੀ ਇਸ ਤੋਂ ਬਗੈਰ ਹੋਰ ਕੋਈ ਸ਼ਹਿਰ ਨਹੀਂ ਆ ਸਕਦਾ ਸੀ ਦੁਬਾਰਾ ਕਿ ਐ ਪਿੰਡੀ ਲੱਗੀ ਹੈ ਭਈ ਤੇ ਇਹਦੇ 6 ਹੱਥ ੱਲੇ ਸਾਮਨਾ ਕੁਇਟੇ ਨਹੀਂ ਕਰਨਾ ਸੀ ਭਈ ਤੇ ਕੁਇਟੇ ਨਹੀਂ ਕੀਤੇ ਅੱਜ ਆ ਪਿੰਡੀ ਲੱਗੀ ਤੇ 6 ਹੱਥ ੱਲੇ ਸਾਹਮਣੇ ਕੁਇਟੇ ਨੇ ਡਰਾ ਕਰਨਾ ਸੀ ਤੇ ਮੈਂ ਆਪਣੇ ਦੋਸਤਾਂ ਨਾਲ ਇਹ ਸੈੱਟ ਸ਼ੇਅਰ ਕੀਤਾ ਸੀ ਅੱਜ ਆਪਾਂ ਇਹ ਕੁਇਟੇ ਦੀ ਪਹਿਲੀ ਪੱਟੀ ਤੇ ਆਪਾਂ ਆਖਰੀ ਪੱਟੀ ਤੇ ਡਰਾ ਕਰਨਾ ਹੈ ਕੁਇਟੇ ਦੇ ਵਾਲੇ ਨਾਲ ਤੇ ਇਸ ਪਿੰਡੀ ਦੇ ਵਾਲੇ ਨਾਲ ਇਹ ਸੈੱਟ ਮੈਂ ਵਖਾਂ ਲੱਗਿਆ ਆਪਣੇ ਦੋਸਤਾਂ ਨੂੰ ਜਦੋਂ ਭਈ ਮੇਰੇ ਆ ਪਹਿਲੀ ਦਫਾ ਲੱਗਿਆ ਨਾ ਤੇ ਮੈਂ ਆਪਣੇ ਦੋਸਤਾਂ ਨਾਲ ਸੈੱਟ ਸ਼ੇਅਰ ਕੀਤਾ ਸੀ ਕਿ ਇਹ ਉਤਲਾ ਓਪਨ ਥੱਲੇ ਆਏਗਾ ਆ ਉਤਲਾ ਓਪਨ ਥੱਲੇ ਆਏਗਾ ਇਹੀ ਸੈਂਟਰ ਲੱਗੇਗਾ ਤੇ ਕਲੋਜ਼ ਇੱਕ ਦਾ ਕਿਹਾ ਸੀ ਮੈਂ ਕਿ ਜਿਹੜਾ ਉਤਲਾ ਓਪਨ ਥੱਲੇ ਆਵੇਗਾ ਇਹੀ ਸੈਂਟਰ ਲੱਗੇਗਾ ਇਹ ਪਹਿਲੀ ਪਹਿਲਾ ਸੈੱਟ ਸੀ ਦੂਸਰੇ ਸੈੱਟ ਤੇ ਫਿਰ ਇੱਕ ਕੁਇਟਾ ਸ਼ਹਿਰ ਆਇਆ ਕਿ ਉਤਲਾ ਓਪਨ ਹੀ ਥੱਲੇ ਆਣਾ ਸੀ ਭਾਈ ਮੇਰੇ ਤੇ ਇਹੀ ਸੈਂਟਰ ਲਗਣਾ ਸੀ ਤੇ ਇਹ ਲੱਗਿਆ ਭਾਈ ਮੇਰੇ ਚਾਰ ਤੋਂ ਓਪਨ ਸੀ ਇਹੀ ਥੱਲੇ ਆਇਆ ਇਹੀ ਅੱਗੇ ਜਾ ਤੇ ਸੈਂਟਰ ਲੱਗਿਆ ਤੇ ক্লোਜ਼ ਇੱਕ ਦਾ ਲੱਗਿਆ ਸੀ ਜਿੱਥੋਂ ਮੈਂ 616 ਦਾ ਪੈਕੇਟ ਇੱਥੇ ਦਿੱਤਾ ਸੀ ਆਪਣੇ ਦੋਸਤਾਂ ਨੂੰ ਇਸ ਸੈੱਟ ਦੇ ਵਾਲੇ ਨਾਲ 6 ਆ ਥੱਲੇ ਇੱਥੇ ਆਪਣਾ ਡਰਾ ਕਰਨਾ ਸੀ ਯਾਰ ਤੂੰ ਥੋੜਾ ਓਪਨ ਹੀ ਥੱਲੇ ਆਣਾ ਸੀ ਐ ਓਪਨ ਹੀ ਥੱਲੇ ਆਣਾ ਸੀ ਯਾਰ ਤੇ ਇਹੀ ਸੈਂਟਰ ਲੱਗਣਾ ਸੀ ਬੜਾ ਪਿਆਰਾ ਸੈੱਟ ਸੀ ਯਾਰ ਤੇ ਅੱਜ ਆਪਾਂ ਇਹਦੇ ਡਰਾ ਇਹਦੇ ਥੱਲੇ ਆਖਰੀ ਪੱਟੀ 'ਚ ਡਰਾ ਕਰਨਾ ਹੈ ਤਵੱਜੂ ਕਰਨੀ ਯਾਰ ਮੇਰੇ ਦੋਸਤ ਮੇਰੇ ਭਾਈਆ ਨੇ ਤੁਹਾਡੇ ਭਾਈ ਦੀ ਮਿਹਨਤ ਤੁਹਾਨੂੰ ਅੱਛੀ ਲੱਗੇ ਨਾ ਤਾਂ ਜ਼ਰੂਰ ਸਪੋਰਟ ਕਰਿਆ ਕਰੋ ਤਾਂ ਕਿ ਜੋ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤਾਂ ਤੱਕ ਜਲਦੋਂ ਜਲਦ ਪਹੁੰਚੇ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਮੇਰੇ ਦੋਸਤਾਂ ਨੇ ਮੇਰੇ ਚੈਨਲ ਨੂੰ ਜਦੋਂ ਭਾਈ ਮੇਰੇ ਪਹਿਲੀ ਦਫਾ ਸੈੱਟ ਲੱਗਿਆ ਨਾ ਸਾਹਮਣਾ ਕੋਟੇ ਨੇ ਕੀਤਾ ਐ ਓਪਨ ਥੱਲੇ ਆਣਾ ਸੀ ਇਹੀ ਸੈਂਟਰ ਲੱਗਣਾ ਸੀ ਤੇ ਫਿਰ ਆਪਾਂ ਦੀ ਆਖਰੀ ਪੱਟੀ ਤੇ ਡਰਾ ਕਰਨਾ ਸੀ ਉੱਤੇ ਜਿਹੜਾ ਐ ਓਪਨ ਥੱਲੇ ਆਏ ਨੇ ਦੇ ਨਾਲ ক্লোਜ਼ ਪਿਆ ਸੀ ਅੱਠ ਦਾ ਤਵੱਜੂ ਕਰਨੀ ਯਾਰ ਐ ক্লোਜ਼ ਅੱਠ ਦਾ ਪਿਆ ਸੀ ਅੱਠ ਦਾ ਕਰ ਤਿੰਨ ਕੱਲਾ ক্লোਜ਼ ਲੱਗਣਾ ਸੀ ਐ ਤਿੰਨ ਦਾ ক্লোਜ਼ ਲੱਗ ਜਾਂਦਾ ਪਹਿਲੀ ਦਫਾ ਇਹਦੇ ਆਖਰੀ ਪੱਟੀ ਤੇ ਪਾ ਡਰਾ ਕਰਨਾ ਸੀ ਤਿੰਨ ਦਾ ক্লোਜ਼ ਪਹਿਲੀ ਦਫਾ ਲੱਗ ਲੱਗ ਜਾਂਦਾ ਭਾਈ ਮੇਰੇ ਦੁਬਾਰਾ ਆ ਕੇ ਜਦੋਂ ਇਹ ਸੈੱਟ ਬਣਿਆ ਭਾਈ ਮੇਰੇ ਇਹ 8 ਦਾ ਘਰ ਤਿੰਨ ਸਿੰਗਲ ক্লোਜ਼ ਲੱਗਣਾ ਸੀ ਦੁਬਾਰਾ ਆ ਕੇ ਸੈੱਟ ਬਣਿਆ ਸਾਹਮਣਾ ਕੋਈ ਟੀ ਨੇ ਕੀਤਾ ਇਹ 4 ਤੋਂ 4 ਆਣਾ ਸੀ ਤੇ ਇਹੀ ਸੈਂਟਰ ਲੱਗਣਾ ਸੀ ਇਹਦੇ ਨਾਲ ক্লোਜ਼ ਪਿਆ ਸੀ 5 ਦਾ 5 ਦਾ ਘਰ ਜ਼ੀਰੋ ਆਖਰੀ ਪੱਟੀ ਦੇ ਵਿੱਚ ক্লোਜ਼ ਹੀ ਲੱਗਣਾ ਸੀ ਯਾਰ ਇਹ ਲੱਗ ਜਾਂਦਾ ক্লোਜ਼ ਅੱਜ ਫੇਰ ਇਹ ਸੈੱਟ ਅੱਧਾ ਕਲੀਅਰ ਕਰ ਤੇ ਖੜਾ ਜੇ ਯਾਰੇ 6 ਹਾਥ ਥੱਲੇ ਆ ਕੋਈਟਾ ਆ ਉਤਲਾ ਆਪਣੀ ਥੱਲੇ ਆਣਾ ਸੀ ਇਹੀ ਸੈਂਟਰ ਲਗਣਾ ਸੀ ਤੇ ਇਹਦੇ ਨਾਲ ক্লোਜ਼ ਦੋ ਦਾ ਪਿਆ ਦੋ ਦਾ ਘਰ 7 ਕਹਿੰਦਾ ਸਿੰਗਲ ক্লোਜ਼ ਇੱਥੇ ਪਲੇ ਕਰੋ ਔਰ ਮੈਂ ਪਿਛਾ ਦੋ ਰੁਟੀਨਾ ਦੇ ਵਿੱਚ ক্লোਜ਼ ਆਪਣੇ ਦੋਸਤਾਂ ਨਾਲ 7 ਦਾ ਸ਼ੇਅਰ ਕੀਤਾ ਦੋ ਦਾ ਘਰ 7 ਸਿੰਗਲ ক্লোਜ਼ ਅੱਜ ਨਾਲ ক্লোਜ਼ ਪਿਆ ਇਹਦੀ ਉਤਲੀ ਪੱਟੀ ਤੇ ਜਿਹੜਾ ਓਪਨ ਥੱਲੇ ਆਣਾ ਸੀ ਇਹਦੇ ਨਾਲ ਦਾ ক্লোਜ਼ ਪਿਆ ਦੋ ਦਾ ਦੋ ਦਾ ਘਰ 7 ਕਹਿੰਦਾ ਸਿੰਗਲ ਸੇਮ ਪੱਟੀ ਤੇ ক্লোਜ਼ ਲੱਗੇਗਾ ਅਵੇ ਕੋ ਭਾਈ ਮੇਰੇ 8 ਦਾ ਘਰ 3 ਸਿੰਗਲ ਸੇਮ ਪੱਟੀ ਤੇ ক্লোਜ਼ ਫਿਰ ਆ ਕੇ ਸੈੱਟ ਬਣਿਆ 5 ਦਾ ਘਰ 0 ਸਿੰਗਲ ক্লোਜ਼ ਅੱਜ ਕਹਿੰਦਾ 2 ਦਾ ਘਰ 7 ਸਿੰਗਲ ক্লোਜ਼ ਇੱਥੇ ਪਲੇ ਕਰੋ ਅੱਗੇ ਓਪਨ ਵੀ ਵਖਾਣਾ ਮੈਂ ਆਪਣੇ ਦੋਸਤਾਂ ਨੂੰ ਅੱਜ ਕਹਿੰਦਾ ਕਿ ਸੈੱਟ ਦੇ ਮੁਤਾਬਕ ਸਿੰਗਲ ক্লোਜ਼ ਸੱਤੇ ਦਾ ਲੱਗਣਾ ਚਾਹੀਦਾ ਹੈ ਇਹ ਸੈੱਟ ਕਹਿ ਰਿਹਾ ਰੂਟੀਨ ਕਹਿ ਰਹੀ ਏ ਦੁਬਾਰਾ ਇਹ ਫਿਰ ਜਦੋਂ ਭਾਈ ਮੇਰੇ ਆਪਾਂ ਇਹ ਸੇਮ ਪੱਟੀ ਇਹ ক্লোਜ਼ ਹੋ ਗਿਆ ਇਹ ਜਿਹੜਾ ਕਲੋਜ਼ ਲੱਗਿਆ ਹੈ ਨਾ 3 ਦਾ 36 ਦਾ ਆਕੜਾ ਇਹਦੇ ਬੈਕ ਆਪਾਂ ਜਾਣਾ ਤੇ ਇਹ 6 ਦਾ ਲਿੰਕ ਹੈਗਾ ਸੀ ਜਿਹੜਾ ਓਪਨ ਲੱਗਿਆ ਖਲਾਣਾ 750 ਬੌਂਡ ਦੇ ਵਿੱਚ ਆਖਰੀ ਪੱਟੀ 'ਚ ਓਪਨ ਇਸ ਓਪਨ ਤੋਂ ਬਗੈਰ ਵੀ ਅੱਗੇ ਡਰਾਪ ਲੈਣੀ ਹੋਣਾ ਸੀ ਤੇ ਇਸ ਕਲੋਜ਼ ਨੇ ਤਾਂ ਕਲੋਜ਼ ਹੀ ਲੱਗਣਾ ਸੀ ਤੇ ਇਹ ਲਿੰਕ ਹੈਗਾ ਸੀ ਇਹ 3 ਦਾ ਆਕੜਾ ਲੱਗ ਜਾਂਦਾ ਹੈ ਪਹਿਲੀ ਦਫਾ ਦੁਬਾਰਾ ਆ ਕੇ ਜਦੋਂ ਇਹ ਸੈੱਟ ਬਣਿਆ ਭਾਈ ਮੇਰੇ ਇਹਦਾ ਘਰ ਇੱਥੇ ਕਲੋਸ ਹੀ ਲਗਣਾ ਸੀ ਤੇ ਪਿੱਛੇ ਆਪਾਂ ਲਿੰਕ ਲੈਣਾ ਸੀ ਇਹ ਜ਼ੀਰੋ ਸੀ ਇਹ ਲਿੰਕ ਜ਼ੀਰੋ ਦਾ ਸੀ ਭਾਈ ਮੇਰੇ ਜ਼ੀਰੋ ਨੇ ਤਾਂ ਲਗਣਾ ਹੀ ਲਗਣਾ ਸੀ ਲੇਕਿਨ ਆਪਣੇ ਕੋਲੇ ਕਲੋਸ ਇਸ 5 ਦਾ ਘਰ ਜ਼ੀਰੋ ਤੇ ਸਾਹ ਜ਼ਾਇਰ ਫਿਰ ਜ਼ੀਰੋ ਕਲੋਸ ਹੀ ਲਗਣੀ ਸੀ ਨਾ ਇਹ 70 ਦਾ ਅਕੜਾ ਦੂਸਰੀ ਦਫਾ ਲੱਗ ਜਾਂਦਾ ਭਈ ਅੱਜ ਸੈੱਟ ਦੇ ਮੁਤਾਬਕ ਕਹਿੰਦਾ ਕਿ ਐਂਦਾ ਘਰ ਇੱਥੇ ਲੱਗੇ ਤੇ ਅਸੀਂ ਬੈਕ ਜਾਵਾਂਗੇ ਨਾ ਤੇ 50 ਪਿਆ ਕਹਿੰਦਾ ਕੱਲੇ 5 ਤੋਂ ਬਗੈਰ ਇੱਥੇ ਡਰਾਪ ਲੈ ਨਹੀਂ ਤੇ 2 ਦਾ ਘਰ 7 ਆਪਣੇ ਕੋਲੇ ਕੱਲਾ ਕਲੋਸ ਏ ਸੈਟ ਨੂੰ ਸਮਝਣਾ ਯਾਰ ਮੇਰੇ ਦੋਸਤਾਂ ਨੇ ਮੈਂ ਪੂਰੀ ਮਿਹਨਤ ਪੂਰੀ ਸਰਚ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰੀ ਦੀ 57 ਦਾ ਕੱਲਾ ਅਕੜਾ ਇੱਥੇ 57 ਟੈਲੀ ਹੋ ਗਿਆ ਜੇ 57 ਦੀ ਪਾਵਰ ਜ਼ਿਆਦਾ ਹੋ ਗਈ ਜੇ ਇੱਥੇ ਸੈਂਟਰ ਹੈਗਾ 2 ਤੇ 7 ਦਾ ਹੁਣ ਮੈਂ ਆਪਣੇ ਦੋਸਤਾਂ ਨੂੰ ਇਹਦੇ ਨਾਲ ਸੈਂਟਰ ਜਦੋਂ ਯਾਰ ਇਹ ਪਹਿਲੀ ਦਫਾ ਸੈੱਟ ਲੱਗਿਆ ਨਾ ਇਹ 6ਾ ਥੱਲੇ ਸਾਹਮਣਾ ਕੋਟੇ ਕੀ ਆਖਰੀ ਪੱਟੀ ਡਰਾ ਕਰਨਾ ਸੀ ਸੈਂਟਰ ਕੱਲਾ ਹੀ 8ਾ ਲੱਗਿਆ ਯਾਰ 63 8ਾ ਦਾ ਪੈਕਟ ਪਹਿਲੀ ਦਫਾ ਪਲੇ ਹੋ ਜਾਂਦਾ ਹੈ ਦੁਬਾਰਾ ਕਿ ਜਦੋਂ ਸੈੱਟ ਲੱਗਿਆ 70 8 ਦੀ ਪੈਕਟ ਲੱਗ ਜਾਂਦੀ ਯਾਰ ਸੈਂਟਰ ਕੱਲਾ ਹੀ 8 ਲੱਗਿਆ ਆਖਰੀ ਪੱਟੀ ਤੇ ਅੱਜ ਫਿਰ ਯਾਰ ਕਹਿੰਦਾ ਕਿ ਇੱਥੇ 57 ਦੇ ਨਾਲ ਕੱਲਾ 8 ਦਾ ਸੈਂਟਰ ਲਾਵੋ ਕਿਉਂਕਿ ਇਹ ਸੈੱਟ ਦੇ ਥੱਲੇ ਆਖਰੀ ਪੱਟੀ 'ਚ ਸੈਂਟਰ ਕੱਲਾ 8 ਹੀ ਲੱਗਿਆ ਜੇ ਇਹ 70 8 ਦੀ ਪੈਕਟ ਲੱਗੀ ਫਿਰ ਆ ਕੇ ਜਦੋਂ ਦੁਬਾਰਾ ਸੈੱਟ ਲੱਗਿਆ ਤੇ ਇਹਨੇ 63 8 ਦੀ ਪੈਕਟ ਲਾਈ ਅੱਜ ਇਹ ਕਹਿੰਦਾ ਯਾਰ 58 ਦੀ ਸਿੰਗਲ ਪੈਕਟ ਹੈ ਯਾਰ ਇਹ ਮੇਰੇ ਆ ਜੀ ਟੋਟਲ 5 ਵੀਡੀਓ ਨੇ ਹੁਣ ਮੈਂ ਆਪਣੇ ਦੋਸਤਾਂ ਨੂੰ ਲਿੰਕ ਦਾ ਵਾਦਾ ਕੀਤਾ ਸੀ ਕਿ ਮੈਂ 48 ਦਾ ਆਕੜਾ ਦਿੱਤਾ ਹੈ ਔਰ ਲਿੰਕ ਵੀ ਆਪਣੇ ਦੋਸਤਾਂ ਨਾਲ ਸ਼ੋਅ ਕਰਾਂਗਾ ਇਹ ਚਾਰ ਲਿੰਕ ਦਿੱਤੇ ਨੇ ਯਾਰ ਮੈਂ ਇੰਨਾ ਚੋਂ ਲਿੰਕਾਂ ਤੋਂ ਬਗੈਰ ਫਰਸਟ ਡਰਾ ਇਨਸ਼ਾਅੱਲਾ ਅੱਲਾ ਨੇ ਚਾਇਆ ਤੇ ਨਹੀਂ ਹੋਏਗਾ ਅਗਰ ਸਾਡੇ ਨਸੀਬ 'ਚ ਨਹੀਂ ਹੈ ਤਾਂ ਫਿਰ ਕੁਛ ਐ ਸਭ ਕੁਛ ਮਿਸ ਹੋ ਜਾਵੇਗਾ ਇਹ ਹੇਕੀ ਚੀਜ਼ ਚਲਣੀ ਨਾ ਯਾਰ ਤੇ ਫਰਸਟ ਸੈਗਡ ਮੇਰੇ ਦੋਸਤਾਂ ਨੇ ਪਲੇ ਕਰਨੀ ਯਾਰ ਅੱਲਾ ਪਾਕ ਨੇ ਚਾਇਆ ਤੇ ਇਨਸ਼ਾਅੱਲਾ ਪਿਛਾ ਦੋ ਤਿੰਨ ਡਰਾ ਤੁਹਾਨੂੰ ਪਤਾ ਹੀ ਹੈ ਭਾਈ ਮੇਰੇ ਇੱਕ ਵਿਨਿੰਗ ਹੋਈ ਹੈ ਇੰਨਾ ਐਵੇਂ ਸੈੱਟ ਲੱਗੇ ਹੁੰਦੇ ਸੀ ਚਾਰ ਪੰਜ ਤੇ ਉਹਨਾਂ ਦੇ ਵਿੱਚੋਂ ਵਿਨਿੰਗ ਹੁੰਦੀ ਪਈ ਹੈ ਯਾਰ ਦੇ ਅੱਲਾ ਦੇ ਕੰਮਾਂ ਦਾ ਕੋਈ ਪਤਾ ਨਹੀਂ ਤੁਸੀਂ ਭਾਈ ਮੇਰੇ ਲਾਜ਼ਮੀ ਇਹ ਥੋੜੀ ਥੋੜੀ ਪਲੇ ਕਰ ਲੈ ਜੇ ਮੈਨੂੰ ਯਕੀਨ ਹੈ ਅੱਛੀ ਮਿਹਨਤ ਹੈ ਅੱਛੀ ਸਰਚ ਹੈ ਅੱਲਾ ਪਾਕ ਨੇ ਚਾਇਆ ਤੇ ਇਨਸ਼ਾ ਅੱਲਾ ਨਾਮ ਜ਼ਰੂਰ ਮਿਲੇਗਾ ਹੁਣ ਆਪਣੇ ਦੋਸਤਾਂ ਨੂੰ ਲਿੰਕ ਇਹ ਲਿੰਕ ਦੇ ਵਿੱਚ ਭਾਈ ਮੇਰੇ ਆ ਵੀ ਦੇ ਦਿੱਤਾ ਸੱਤਾ ਵੀ ਦੇ ਦਿੱਤਾ ਹੁਣ ਮੈਂ 4 ਤੇ 2 ਦਾ ਲਿੰਕ ਮੈਂ ਆਪਣੇ ਦੋਸਤਾਂ ਨੂੰ ਵਖਾਨ ਲਗਿਆ ਕਿ ਇਹ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਲੱਗ ਰਿਹਾ ਹੈ ਇਹ ਭਾਈ ਮੇਰੇ ਨਾ ਪਸ਼ਾਵਰ ਸ਼ਹਿਰ ਪਹਿਲੀ ਪੱਟੀ 750 ਬੌਂਡ ਤੇ ਆਇਆ ਤੇ ਇਹ ਸਾਲ ਛੱਡ ਤੇ ਅਗਲੇ ਸਾਲ ਦੀ ਆਖਰੀ ਪੱਟੀ ਕੱਲੇ 4 ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਸੀ ਤੇ ਇਹ ਚੌਥੀ ਲੱਗ ਜਾਂਦੀ ਏ ਦੁਬਾਰਾ ਆ ਕੇ ਭਾਈ ਮੇਰੇ ਪਸ਼ਾਵਰ ਪਹਿਲੀ ਪੱਟੀ ਤੇ ਆ ਗਿਆ ਸਿਰਫ ਪਹਿਲੀ ਪੱਟੀ ਤਾਂ ਪਾ ਵੇਖਣਾ ਭਾਈ ਪਹਿਲੀ ਪੱਟੀ ਪਸ਼ਾਵਰ ਕੋਈ ਯਾਰ ਅੱਗੇ ਲੰਘ ਜਾਈਏ ਤਾਂ ਵੇਖ ਲਵਾਂਗੇ ਇਹ ਪਸ਼ਾਵਰ ਪਹਿਲੀ ਪੱਟੀ ਤੇ ਆਇਆ ਭਾਈ ਮੇਰੇ ਐਸਲ ਛੜ ਤੇ ਅਗਲੇ ਸਾਲ ਦੀ ਆਖਰੀ ਪੱਟੀ 4 ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਸੀ ਤੇ ਇਹ ਭਾਈ ਮੇਰੇ ਚੌਕਾ ਲੱਗ ਜਾਂਦਾ ਹੈ 42 ਦਾ ਆਕੜਾ ਫਿਰ ਆ ਕੇ ਪਸ਼ਾਵਰ ਪਹਿਲੀ ਪੱਟੀ ਤੇ ਆ ਜਾਂਦਾ ਹੈ ਭਾਈ ਮੇਰੇ ਇਹ ਪਸ਼ਾਵਰ ਆ ਜਾਂਦਾ ਹੈ ਐਸਲ ਛੜ ਤੇ ਅਗਲੇ ਸਾਲ ਖੇੜਨਾ ਸੀ ਕੱਲੇ 4 ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਸੀ ਤੇ ਇਹ ਚੌਕਾ ਲੱਗ ਜਾਂਦਾ ਹੈ ਅੱਜ ਫੇਰ ਯਾਰ ਪਹਿਲੀ ਪੱਟੀ ਤੇ ਪਸ਼ਾਵਰ ਆ ਚੁਕਿਆ ਐ ਸਾਲ ਛੱਡ ਤੇ ਅਗਲੇ ਸਾਲ ਦੀ ਆਖਰੀ ਪੱਟੀ ਤੇ ਡਰਾ ਕਰਨਾ ਕਹਿੰਦਾ ਚੌਕੇ ਤੋਂ ਬਗੈਰ ਡਰਾ ਨਹੀਂ ਕਿਉਂਕਿ ਮੈਂ ਲਿੰਕ ਜਿਹੜੇ ਰੱਖੇ ਨੇ ਮੈਂ ਬਗੈਰ ਪ੍ਰੂਫ ਤੋਂ ਲਿੰਕ ਨਹੀਂ ਰੱਖੇ ਇਹ ਕਹਿੰਦਾ ਕਿ ਇਕੱਲੇ ਚੌਕੇ ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਇਹ ਲਿੰਕ ਤਾਂ ਤੁਹਾਡੇ ਸਾਹਮਣੇ ਨਾ ক্লোਜ਼ ਚ ਆ ਗਿਆ ਨਾ ਓਪਨ ਆ ਗਿਆ ਨਾ ਇਹ ক্লোਜ਼ ਚ ਸੱਤਾ ਆ ਗਿਆ ਸੱਤਾ ਵੀ ਤੁਹਾਡੇ ਕੋਲ ਹੈਗਾ ਇਹ ਸੱਤਾ ਆ ਗਿਆ ਇਹ ਚੌਕੇ ਦਾ ਮੈਂ ਆਪਣੇ ਦੋਸਤਾਂ ਦੱਸਿਆ ਸੀ ਕਿ ਮੈਂ ਲਿੰਕ ਵਖਾਵਾਂਗਾ ਇੱਕ ਹੋਰ ਲਿੰਕ ਚੌਕੇ ਦਾ ਹੀ ਵਖਾਣਾ ਆਹ ਲੱਗਾ ਭਾਈ ਮੇਰੇ 98 ਦਾ ਅਕੜਾ 8 ਦਾ ਕਲੋਜ਼ ਆਖਰੀ ਪੱਟੀ 200 ਬੌਂਡ ਚ ਇਹਦੇ ਸਣੇ ਇਹ ਛੱਡ ਕੇ 1 2 3 4 ਸਾਲ ਬੈਕ ਆਵਾਂਗੇ ਤ ਉੱਤੇ 80 ਦੀ ਬੈਕ ਲਗਣੀ ਸੀ ਥੱਲੇ 4 ਤੋਂ ਬਗੈਰ ਡਰਾਪ ਲੈਣੀ ਹੋਣਾ ਸੀ ਚੌਥੀ ਦਾ ਅਕੜਾ ਲੱਗ ਜਾਂਦਾ ਉੱਤੇ 80 ਦੀ ਬੈਕ ਵੀ ਲਗਣੀ ਸੀ ਥੱਲੇ 4 ਤੋਂ ਬਗੈਰ ਡਰਾ ਨਹੀਂ ਸੀ ਇਹ ਚੌਥੀ ਦਾ ਅਕੜਾ ਲੱਗ ਜਾਂਦਾ ਪਹਿਲੀ ਦਫਾ ਫਿਰ ਆ ਕੇ ਲੱਗਿਆ 4 ਦਾ ਫਿਕਰ ਇਹ ਆਖਰੀ ਪੱਟੀ ਚ ਕਲੋਜ਼ 1 2 3 4 ਸਾਲ ਬੈਕ ਆਵਾਂਗੇ ਉੱਤੇ 80 ਦੀ ਮਿਡਲ ਲਗਣੀ ਸੀ ਥੱਲੇ 4 ਤੋਂ ਬਗੈਰ ਡਰਾਪ ਲੈਣੀ ਹੁੰਦੀ ਸੀ ਤਾਂ 47 ਦਾਕੜਾ ਲੱਗ ਜਾਂਦਾ ਅੱਜ ਯਾਰ ਫੇਰਾ ਅੱਠਾ ਲੱਗਿਆ ਖੜਾ ਹੈ ਕਹਿੰਦਾ ਕਿ 1 2 3 4 ਸਾਲ ਤੀਸਰੀ ਪੱਟੀ ਤੇ 80 ਦੀ ਮਿਡਲ ਲਗਣੀ ਸੀ ਥੱਲੇ 4 ਤੋਂ ਬਗੈਰ ਕਹਿੰਦਾ ਡਰਾ ਨਹੀਂ ਇਹ ਸੈਟ ਵਖਾ ਰਿਹਾ ਮੈਂ ਆਪਣੇ ਦੋਸਤਾਂ ਨੂੰ ਕੱਲਾ ਚੌਕਾ ਕਹਿੰਦਾ ਕਿ ਦਰਾ ਦੇ ਵਿੱਚ ਲੱਗੇ ਹੁਣ ਮੈਂ ਆਪਣੇ ਦੋਸਤਾਂ ਨੂੰ ਵਖਾਇਆ ਦੂਕਾ ਕੱਲਾ ਦੂਕਾ ਰਹਿ ਗਿਆ ਦੂਕਾ ਨਹੀਂ ਆਪਣੇ ਦੋਸਤਾਂ ਨੂੰ ਵਖਾਇਆ ਆ ਮੁਲਤਾਨ ਸ਼ਹਿਰ ਆ ਮੁਲਤਾਨ ਸ਼ਹਿਰ ਲੱਗਾ ਇਹਦਾ ਓਪਨ ਹੈ ਭਾਈ ਮੇਰੇ ਦੋ ਦਾ ਇਹ ਕੱਲੇ ਦੋ ਤੋਂ ਬਗੈਰ ਆਖਰੀ ਪੱਟੀ 'ਚ ਡਰਾ ਨਹੀਂ ਹੋਣਾ ਸੀ ਇਹ ਪਹਿਲੀ ਪੱਟੀ 'ਚ ਮੁਲਤਾਨ ਲੱਗ ਜਾਵੇ ਇਹ ਕੱਲੇ ਦੋ ਤੋਂ ਬਗੈਰ ਡਰਾਪ ਲੈ ਨਹੀਂ ਹੋਣਾ ਸੀ ਤੇ 24 ਦਾ ਅਕੜਾ ਲੱਗ ਜਾਂਦਾ ਫਿਰ ਆ ਤੇ ਮੁਲਤਾਨ ਪਹਿਲੀ ਪੱਟੀ ਤੇ ਆ ਆ ਗਿਆ ਭਾਈ ਇਹ ਕੱਲੇ ਤਿੰਨ ਤੋਂ ਬਗੈਰ ਆਖਰੀ ਪੱਟੀ 'ਚ ਡਰਾਪ ਲੈ ਨਹੀਂ ਹੋਣਾ ਸੀ ਤੇ 38 ਲੱਗ ਜਾਂਦੀ ਫਿਰ ਆ ਕੇ ਭਾਈ ਮੇਰੇ ਮੁਲਤਾਨ ਪਹਿਲੀ ਪੱਟੀ ਤੇ ਇਹ ਮਲਤਾਨ ਪਹਿਲੀ ਪੱਟੀ ਤਾ ਗਿਆ ਕੱਲਾ 5 ਸੀ ਭਾਈ ਮੇਰੇ 5 ਤੋਂ ਬਗੈਰ ਡਰਾ ਨਹੀਂ ਹੋਣਾ ਸੀ ਇਹ ਭਾਈ ਮੇਰੇ 45 ਦਾ ਅਕੜਾ ਲੱਗ ਜਾਂਦਾ ਅੱਜ ਫੇਰ ਯਾਰ ਮਲਤਾਨ ਆ ਚੁੱਕਿਆ ਹੈ ਪਹਿਲੀ ਪੱਟੀ ਤੇ ਕੱਲਾ ਕਹਿੰਦਾ 2 ਤੋਂ ਬਗੈਰ ਇੱਥੇ ਫਸਟ ਡਰਾ ਨਹੀਂ ਮਾਰਨਾ ਕਿਉਂਕਿ ਜਿਹੜੀ ਚੀਜ਼ ਮੈਂ ਨਹੀਂ ਵਿਖਾਈ ਉਹ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਹੋਣ ਕੀਤੀ ਹੈ ਕਹਿੰਦਾ ਕਿ ਯਾਰ ਕੱਲੇ 2 ਤੋਂ ਬਗੈਰ ਵੀ ਡਰਾ ਨਹੀਂ ਕੱਲੇ 4 ਤੋਂ ਬਗੈਰ ਵੀ ਡਰਾ ਨਹੀਂ ਤੇ ਇਹ ਨਾਕੜਿਆਂ ਦਾ ਯਾਰ ਮਾੜਾ ਮਾੜਾ ਖਿਆਲ ਰੱਖ ਲਿਆ ਜੇ ਇਹ ਬੜੇ ਡਿੰਦਰ ਸਾਕੜੇ ਹੈਗੇ ਜੇ 42 ਤੇ 24 ਕਿਸੇ ਦੋਸਤ ਨੂੰ ਚੰਗੇ ਲੱਗਣ ਤੇ ਯਾਰ ਆਪਣੀ ਗੇਮ ਚ ਸ਼ਾਮਲ ਕਰ ਲੈ ਜੇ ਕਿਉਂਕਿ ਇੱਕ ਅਕਲਾਕਲਾ ਲਿੰਕ ਲੱਗ ਰਿਹਾ ਹੈ ਔਰ ਹੋ ਸਕਦਾ ਟੈਲੀ ਹੋ ਕੇ ਆਪਣੇ ਕੋਲ ਫਰਕ ਵੀ ਦੋ ਹੋਏਗਾ ਕਿਸੇ ਦੋਸਤ ਨਾਲ ਟੈਲੀ ਕਰਦੇ ਯਾਰਾ ਸਕਰੀਨ ਸ਼ਾਟ ਲੈ ਲਓ ਇਨਸ਼ਾਅੱਲਾ ਅਗਲੀ ਵੀਡੀਓ THAILAND LOTTERY ਦੀ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾਹ ਹਾਫਿਜ਼